ਸੰਘਣੀ ਧੁੰਦ ਦੇ ਨਾਲ ਇੱਥੇ ਇੱਕ ਭਿਆਨਕ ਸੜਕੀ ਹਾਦਸਾ ਹੋ ਗਿਆ। ਦੱਸਦੇ ਕਿ ਟਰੱਕ ਸੜਕ ਦੇ ਕਿਨਾਰੇ ਤੇ ਪਲਟ ਗਿਆ। 6 ਘੰਟੇ ਤੱਕ ਟਰੱਕ ਦਾ ਡਰਾਈਵਰ ਵਿੱਚੇ ਫਸਿਆ ਰਿਹਾ ਔਰ ਸਵੇਰ ਵੇਲੇ ਪਾਠੀ ਸਿੰਘ ਨੇ ਦੇਖਿਆ ਤਾਂ ਦੁਹਾਈ ਪਾਈ, ਲੋਕ ਇਕੱਠੇ ਹੋਏ ਔਰ ਬੜੀ ਹੀ ਮਸ਼ਕਤ ਬਾਅਦ ਇਸ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਦੱਸਦੇ ਕਿ 6 ਘੰਟੇ ਸਟੇਅਰਿੰਗ ਦੇ ਵਿੱਚ ਹੀ ਡਰਾਈਵਰ ਫਸਿਆ ਰਿਹਾ, ਚੀਕ ਚਿਹਾੜਾ ਪਾਉਂਦਾ ਰਿਹਾ, ਤੜਫਦਾ ਰਿਹਾ। ਜਦੋਂ ਉਸਦੀ ਆਵਾਜ਼ ਪਾਠੀ ਸਿੰਘ ਦੇ ਕੰਨਾਂ ਤੱਕ ਪੁੱਜੀ ਤਾਂ ਉਸਨੇ ਰੌਲਾ ਪਾ ਦਿੱਤਾ। ਲੋਕ ਇਕੱਤਰ ਹੋਏ ਜਿਨ੍ਹਾਂ ਨੇ ਬੜੀ ਹੀ ਮਸ਼ਕਤ ਬਾਅਦ ਬੁਰੀ ਤਰ੍ਹਾਂ ਫਸੇ ਡਰਾਈਵਰ ਨੂੰ ਬਾਹਰ ਕੱਢਿਆ, ਫਿਰ ਸਰਕਾਰੀ ਹਸਪੀਟਲ ਦੇ ਵਿੱਚ ਐਂਬੂਲੈਂਸ ਦੇ ਜ਼ਰੀਏ ਭਰਤੀ ਕਰਵਾਇਆ। ਇਹ ਤਸਵੀਰਾਂ ਰਾਜਪੁਰਾ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੀਆਂ ਨੇ। ਦੱਸਦੇ ਕਿ ਟਰੱਕ ਦਾ ਡਰਾਈਵਰ ਸਟੇਅਰਿੰਗ ਦੇ ਵਿੱਚ ਫਸਿਆ ਰਿਹਾ। ਪਿੰਡ ਪਿਲਖਣੀ ਦੇ ਨੇੜੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਟਰੱਕ ਪਲਟੀ ਖਾ ਗਿਆ ਪਰ ਟਰੱਕ ਦਾ ਡਰਾਈਵਰ ਆ ਜਿਹੜਾ ਉਸਨੇ ਹਿੰਮਤ ਨਹੀਂ ਹਾਰੀ ਔਰ ਫਸਿਆ ਰਿਹਾ, ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਇਸ ਨੂੰ ਬਾਹਰ ਕੱਢਿਆ। ਐਂਬੂਲੈਂਸ ਨੂੰ ਫੋਨ ਕੀਤਾ ਤਾਂ ਜ਼ਖਮੀ ਹੋਏ ਟਰੱਕ ਦੇ ਡਰਾਈਵਰ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸੋ ਦੱਸਦੇ ਕਿ ਅੱਜ ਸੰਘਣੀ ਧੁੰਦ ਦੇ ਨਾਲ ਪੰਜਾਬ ਦੇ ਕਈ ਥਾਵਾਂ ਤੇ ਭਿਆਨਕ ਸੜਕੀ ਹਾਦਸੇ ਹੋਏ ਨੇ, ਕਈ ਥਾਵਾਂ ਤੇ ਲੋਕਾਂ ਦੀ ਜਾਨ ਵੀ ਚਲੀ ਗਈ। ਸੋ ਦੱਸਦੇ ਕਿ ਭਿਆਨਕ ਸੜਕੀ ਹਾਦਸੇ ਦੇ ਨਾਲ ਸੰਘਣੀ ਧੁੰਦ ਦੇ ਨਾਲ ਇਹ ਟਰੱਕ ਆ ਜਿਹੜਾ ਪਲਟ ਗਿਆ। 6 ਘੰਟੇ ਟਰੱਕ ਦਾ ਡਰਾਈਵਰ ਵਿੱਚੇ ਹੀ ਸਟੇਅਰਿੰਗ ਦੇ ਫਸਿਆ ਰਿਹਾ, ਜਿਸ ਨੂੰ ਲੋਕਾਂ ਨੇ ਬੜੀ ਹੀ ਮਸ਼ਕਤ ਬਾਅਦ ਬਾਹਰ ਕੱਢ ਕੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਰਾਜਪੁਰਾ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਦੀਆਂ ਇਹ ਤਸਵੀਰਾਂ ਨੇ। ਸਾਨੂੰ ਸਵੇਰ ਲੱਗਾ ਪਤਾ, ਸਾਡੇ ਗ੍ਰੰਥੀ ਸਿੰਘ ਨੇ ਬਾਬਾ ਜੀ ਕੋਈ ਸੈਰ ਕਰਨ ਆਏ ਸਵੇਰੇ ਇੱਥੇ, ਉਹਨਾਂ ਨੇ ਵੇਖਿਆ ਵੀ ਇੱਥੇ ਗੱਡੀ ਪਲਟੀ, ਉਹਨਾਂ ਆਵਾਜ਼ ਸੁਣੀ, ਉਹਨਾਂ ਨੇ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਮਾਰਿਆ। ਐਂਬੂਲੈਂਸ ਵਾਲੇ ਇੱਥੇ 5 ਮਿੰਟ 'ਚ ਪਹੁੰਚ ਕੇ ਉਹਨਾਂ ਸਾਨੂੰ ਫੋਨ ਮਾਰਿਆ, ਅਸੀਂ ਹੈਡਰੇ ਨੂੰ ਬੁਲਾ ਕੇ ਇੱਥੇ ਆਏ। ਬਾਕੀ ਸਾਰਾ ਹੀ ਵੀਰਾਂ ਦਾ ਸਹਿਯੋਗ ਰਿਹਾ। ਮੈਂ ਤਾਂ ਇਹੀ ਬੇਨਤੀ ਕਰਨਾ ਵੀ ਜੇ ਕਿਤੇ ਮੁਸੀਬਤ ਪੈ ਜਾਂਦੀ ਨਾ ਤਾਂ ਮੇਰਾ ਵੀਰ ਛੱਡ ਕੇ ਭੱਜਿਆ ਨਾ ਕਰੋ, ਸਾਥ ਦਿਆ ਕਰੋ, ਸਹਿਯੋਗ ਦਿਆ ਕਰੋ। ਅੱਜ ਜੇ ਅਸੀਂ ਸਾਰੀ ਪਬਲਿਕ ਨੇ ਸਾਥ ਦਿੱਤਾ ਹੈ, ਉਹ ਮੇਰੇ ਵੀਰ ਦੀ ਜਾਨ ਬਚ ਗਈ ਹੈ। ਜਾਨ ਇਨਸਾਨ ਦੀ ਬਹੁਤ ਕੀਮਤੀ ਹੈ, ਸਭ ਤੋਂ ਵੱਡਾ ਇਨਸਾਨੀ ਧਰਮ ਹੈ, ਨਾ ਕੋਈ ਹਿੰਦੂ ਹੈ, ਨਾ ਮੁਸਲਮਾਨ, ਨਾ ਕੋਈ ਸਿੱਖ ਹੈ। ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਇਨਸਾਨੀਅਤ ਰੱਖਿਆ ਕਰੋ। ਕੋਈ ਵੀ ਕਿਸੇ 'ਤੇ ਮੁਸੀਬਤ ਪੈਂਦੀ ਹੈ, ਮੇਰਾ ਵੀਰ ਕੁਛ ਨਾ ਵੇਖਿਆ ਕਰੋ ਵੀ ਕੌਣ ਹੈ ਕੌਣ ਨਹੀਂ। ਜੇ ਆਪਾਂ ਹਮਲਾ ਮਾਰਾਂਗੇ ਜਾਂ ਹਿੰਮਤ ਰੱਖਾਂਗੇ ਨਾ ਤਾਂ ਬੰਦੇ ਦੀ ਜਾਨ ਬਚ ਸਕਦੀ ਹੈ ਜੀ। ਕਿੰਨੇ ਵਜੇ ਹੋਇਆ ਐਕਸੀਡੈਂਟ? ਇਹ ਰਾਤ ਦੇ 1 ਵਜੇ ਦਾ ਹੋਇਆ ਜੀ। ਕਿੱਥੇ ਦੀ ਗੱਡੀ ਸੀਗੀ? ਇਹ ਗੱਡੀ ਲੁਧਿਆਣੇ ਦੀ ਜੀ। ਡਰਾਈਵਰ ਕੀ ਹਾਲ ਹੈ? ਡਰਾਈਵਰ ਦੀ ਇੱਕ ਦਿੱਤਾ ਲਾਉਂਦੀ ਇੱਕ ਫ੍ਰੈਕਚਰ ਹੈ, ਫਿਰ ਵੀ ਡਰਾਈਵਰ ਨੇ ਬੜੀ ਹਿੰਮਤ ਰੱਖੀ, ਪਰਮਾਤਮਾ ਨੂੰ ਬਲ ਬਖਸ਼ਿਆ, ਜਿਹੜਾ ਤੇਰਾ ਸਾਰੀ ਰਾਤ ਉਹਨੇ ਤਕਲੀਫ ਕੱਟੀ ਹੈ ਜੀ। ਕਾਲਾ ਜੀ ਨਾਮ ਮੁੰਡੇ ਦਾ, ਇਹ ਬਾਈ ਨਾਮ ਆ ਸਾਡਾ ਗਵਾਂਢੀ ਆ ਜੀ, ਆਪ ਦੀ ਮੁੰਡੇ ਦੀ ਗੱਡੀ ਆ ਜੀ। ਜਿਵੇਂ ਬਾਈ ਹੁਣੇ ਦੱਸਿਆ ਕਿ ਪਾਠੀ ਸਿੰਘ ਨੇ ਫੋਨ ਕੀਤਾ ਸਾਨੂੰ, 8 ਵਜੇ ਫੋਨ ਆਇਆ ਜੀ, ਫਿਰ ਅਸੀਂ ਆ ਕੇ ਬਾਈ ਹੁਣਾਂ ਸਾਰਿਆਂ ਦਾ ਧੰਨਵਾਦ ਹੱਥ ਜੋੜ ਕੇ, ਸਾਰਿਆਂ ਦੀ ਇੱਦਾਂ ਹੀ ਮਦਦ ਕਰਿਆ ਕਰੋ ਜਿਵੇਂ ਸਾਡੇ ਭਰਾ ਦੀ ਜਾਨ ਬਚ ਗਈ। ਰੱਬ ਸਾਰਿਆਂ ਦੀ ਬਚਾਵੇ, ਕਿਸੇ ਤੋਂ ਕੋਈ ਆਈ ਮਾੜੀ ਘੜੀ ਨਾ ਲੈ ਕੇ ਆਵੇ। ਬਿਲਕੁਲ ਬਾਈ ਸਾਡਾ ਗਵਾਂਢੀ ਆ, ਪਾਣੀਪੱਤ ਤੋਂ ਮਾਲ ਭਰ ਕੇ ਲੈ ਕੇ ਆਉਂਦਾ ਸੀਗਾ, 1 ਵਜੇ ਧੁੰਦ ਕਰਕੇ ਜਿਵੇਂ ਪਤਾ ਲੱਗਿਆ ਵੀਰੇ ਤੋਂ, ਕਾਲੇ ਤੋਂ ਡਰਾਈਵਰ ਤੋਂ, ਉਹ ਗੱਡੀ ਥੱਲੇ ਉਤਰ ਗਈ ਆ ਅਤੇ ਉਹਦੇ ਕਰਕੇ ਆ ਹਾਦਸਾ ਹੋਇਆ ਜੀ ਧੁੰਦ ਦੇ ਕਾਰਨ। ਅਤੇ ਜਿਵੇਂ ਬਾਈ ਹੁਣਾਂ ਸਾਡੀ ਸਾਰਿਆਂ ਨੇ ਬਹੁਤ ਮਦਦ ਕੀਤੀ, ਧੰਨਵਾਦ ਸਾਰਿਆਂ ਦਾ। ਅਸੀਂ ਤਾਂ ਇਹੀ ਕਹਾਂਗੇ ਜਿਵੇਂ ਸਾਡਾ ਸਾਥ ਦਿੱਤਾ ਜੀ, ਸਾਰੇ ਇੱਕ ਦੂਜੇ ਦੇ ਇੱਦਾਂ ਹੀ ਸਾਥ ਦੇਣ, ਸਾਰਿਆਂ ਦਾ ਧੰਨਵਾਦ। ਗੱਡੀ ਵੀ ਹੌਲੀ, ਗੱਡੀ ਦਾ ਵੀ ਹੌਲੀ ਆ ਜਿਵੇਂ ਧੁੰਦ ਕਰਕੇ, ਚਲੋ ਗੱਡੀ ਦਾ ਹੌਲੀ ਆ, ਮੁੰਡੇ ਨੂੰ 10-12 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ, ਮੁੰਡਾ ਕੋਈ ਖਾਂਦਾ ਪੀਂਦਾ ਨਹੀਂ, ਬਚਾਅ ਵੀ ਆ ਮਤਲਬ ਕੁਦਰਤ ਵੱਲੋਂ, ਜਿਵੇਂ ਧੁੰਦ ਕਾਰਨ ਹਾਦਸਾ ਹੋ ਗਿਆ ਕਿਸੇ ਨਾਲ ਵੀ ਹੋ ਸਕਦਾ। ਮੈਂ ਤਾਂ ਇਹੀ ਕਹਿੰਦਾ ਜਿਵੇਂ ਸਾਡੀ ਆਮ ਪਬਲਿਕ ਨੇ, ਸਾਰੀ ਜਨਤਾ ਨੇ ਸਾਥ ਦਿੱਤਾ, ਸਾਰਿਆਂ ਦੇ ਇੱਦਾਂ ਹੀ ਸਾਥ ਦੇਣਾ ਚਾਹੀਦਾ ਜੀ। ਹੋਰ ਤਾਂ ਜਾਂਦੇ